ਚੜ੍ਹਦੀ ਕਲਾ ਦੇ ਵਿੱਚ ਰੱਖੀ ਨਾ ਸਭ ਵੀਰਾਂ ਨੂੰ ਬੈਫਟ ਸੁਣਿਓ ਬੈਫਟ ਰੇਟਰ ਸੁਣਿਓ ਸ਼ੰਕਰ ਨੇ ਪਾਈਆਂ ਸੀ 10 ਕਬੱਡੀਆਂ ਤੇ 8 ਨੰਬਰ ਪ੍ਰਾਪਤ ਕੀਤੇ ਅੰਬੇ ਨੇ ਪਾਈਆਂ 18 ਕਬੱਡੀਆਂ ਤੇ 16 ਨੰਬਰ ਪ੍ਰਾਪਤ ਕੀਤੇ ਤੇ ਕਹਿੰਦੇ ਮਾਨ ਸਿੰਘ ਦੁਲਟ ਨੇ ਕਬੱਡੀਆਂ ਪਾਈਆਂ 17 ਨੰਬਰ ਪ੍ਰਾਪਤ ਕੀਤੇ 16 ਅੱਜ ਦੇ ਟੂਰਨਾਮੈਂਟ ਦਾ ਮਾਨ ਸਿੰਘ ਦੁਲਟ ਰਾਜੇ ਪੱਧਰੀ ਦੇ 12 ਟੱਚ 2 ਜੱਥੇ ਗੁਰਦੇਵ ਦੇ 21 ਟੱਚ ਤੇ 4 ਜੱਥੇ ਸੁਰਖਪੁਰੀਏ ਜੋਧੇ ਦੇ 9 ਟੱਚ ਤੇ 6 ਜੱਥੇ ਅੱਜ ਦੇ ਕਬੱਡੀ ਕੱਪ ਦਾ ਬੈਸਟ ਜਾਫੀ ਜੋਧਾ ਸੁਰਖਪੁਰੀਆ ਲਾਭ ਸਿੰਘ ਜੀ ਦੋ ਘੋੜੀਆਂ ਤੋਂ ਕਿਉਂ ਸਵਾਰੀ ਕਰਦੇ ਰਹੇ ਹੈ ਇੱਕ ਸੱਚ ਹੈ ਵੀ ਇੱਕ ਘੋੜੀ ਜਦੋਂ ਥੱਕ ਜਾਂਦੀ ਸੀ ਤੇ ਫਿਰ ਦੂਜੀ ਘੋੜੀ ਤੋਂ ਸਵਾਰੀ ਜਾਂਦੀ ਸੀ ਵੀ ਐਡਾ ਜੁੱਸਾ ਸੀਗਾ ਬਾਬਾ ਜੀਆਂ ਦਾ ਐਡਾ ਜੁੱਸਾ ਸੀਗਾ ਔਰ ਉੱਥੇ ਗੱਲ ਚੱਲਦੀ ਆ ਬਾਬਾ ਕਰਮ ਸਿੰਘ ਜੀਆਂ ਦੀ ਇਹ ਧਰਤੀ ਪਹਿਲਵਾਨਾਂ ਦੀ ਧਰਤੀ ਯੋਧਿਆਂ ਦੀ ਧਰਤੀ ਮਹਾਬਲੀਆਂ ਦੀ ਤੇ ਕਿਰਪਾ ਤੇ ਹੌਲੀ ਹੌਲੀ ਹੈ ਹਾਂ ਕਹਿੰਦੇ ਮਾਨ ਸਿੰਘ ਬਹਿ ਗਿਆ ਹੋਰ ਤੇ ਇੱਕ ਮਿੰਟ ਸਾਈਡ ਦਿਓ ਮਾੜਾ ਜਿਹਾ ਯਾਰ ਸੋਹਣਿਆ ਵੀਰਾ ਇੱਧਰ ਹੋਈ ਜਰਾ ਜਾਣ ਜੋਗਿਆ ਦਿਲੋਂ ਦਵਾਵਾਂ ਨੇ ਪੂਰੀ ਕਹਿੰਦਾ ਇੱਕ ਵਾਰੀ ਮਨ ਸਿੰਘ ਨੂੰ ਆਖਿਆ ਸੀਗਾ ਵੀ ਮਨ ਸਿੰਘ ਤੈਨੂੰ ਸੱਜਣਾ ਵੀ ਆ ਤੇ ਤੈਨੂੰ ਟਰੈਕਟਰ ਵੀ ਜਿਤਾਉਣਾ ਤੇ ਅੱਜ ਕਹਿੰਦੇ ਭੂਰੀ ਦਾ ਸੁਪਨਾ ਪੂਰਾ ਹੋ ਗਿਆ ਮਨ ਸਿੰਘ ਆਇਆ ਤੇ ਮਨ ਸਿੰਘ ਜਿੱਤ ਵੀ ਗਿਆ ਦਿਲੋਂ ਦਵਾਵਾਂ ਨੇ ਗੱਬਰ ਜੀ ਨੂੰ ਬੇਨਤੀ ਕਰਦਾ ਗੱਬਰ ਜੀ ਆ ਜਾਣ ਕਿਰਪਾ ਕਰ ਸਾਹਮਣੇ ਪਹਿਲੇ ਫਾਈਨਲ ਸ਼ੁਰੂ ਹੋਣ ਤੋਂ ਪਹਿਲਾਂ ਬੋਲਿਆ ਸੀ ਦਰਸ਼ਕਾਂ ਨੇ ਕਹਿੰਦੇ ਤਾਰੀਆਂ ਮਾਰੀਆਂ ਸੀ ਵੀ ਯੋਧਾ ਅੱਜ ਲੈ ਵੀ ਯੋਧਿਆ ਲੋਕਾਂ ਦਾ ਪਿਆਰ ਹੈ ਇਹ ਲੋਕਾਂ ਦਾ ਪਿਆਰ ਹੈ ਯਾਰੇ ਭਰਾ ਮੁਬਾਰਕਾਂ ਸੁਰਖਪੁਰੀ ਜਾਂਦੇ ਨੂੰ ਵੀ ਵੱਡੀਆਂ ਮੁਬਾਰਕਾਂ ਛੋਟੇ ਯੋਧੇ ਨੂੰ ਵੀ ਮੁਬਾਰਕਾਂ ਸੰਗੋਈ ਦੇ ਵਾਲੇ ਯੋਧੇ ਨੂੰ ਮੁਬਾਰਕਾਂ ਮੁਬਾਰਕਾਂ ਤੇ ਸੰਗੋਈ ਵਾਲੇ ਯੋਧੇ ਨੂੰ ਵੱਡੀ ਮੁਬਾਰਕਬਾਦ ਹੈ ਭਰਾ ਭਰਾਵਾਂ ਦੀਆਂ ਸੱਤੀ ਸੋਨੇ ਆ ਨੀ ਦੇ ਰੰਗ ਦਾ ਗਲੀ ਚ ਲੱਡੂ ਵੰਡ ਜੱਟੀਏ